ਸਤਿ ਸ਼੍ਰੀ ਅਕਾਲ ਜੀ, ਮੈਂ ਹਰਜੋਤ ਸਿੰਘ ਬੈਂਸ, ਸਿੱਖਿਆ ਮੰਤਰੀ ਪੰਜਾਬ। 28 ਜੁਲਾਈ ਨੂੰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਸਿੱਖਿਆ ਮਹਿਕਮੇ ਦੇ 12,500 ਜਿਹਨਾਂ ਨੂੰ 28 ਜੁਲਾਈ ਤੱਕ ਆਪਾਂ ਕੱਚੇ ਟੀਚਰਸ ਕਹਿੰਦੇ ਸੀ, ਉਹਨਾਂ ਦੇ ਜੀਵਨ ਤਬਦੀਲ ਹੋਣ ਜਾ ਰਿਹਾ। ਉਹਨਾਂ ਸਾਰੇ ਟੀਚਰਸ ਨੂੰ ਰੈਗੂਲਰਾਈਜੇਸ਼ਨ ਲੈਟਰਸ ਮਿਲਣਗੇ। ਸਰਦਾਰ ਭਗਵੰਤ ਮਾਨ ਜੀ ਨੇ ਜਿੱਦਾਂ ਹੀ ਮੁੱਖ ਮੰਤਰੀ ਬਣੇ ਉਸੇ ਦਿਨ ਤੋਂ ਇੱਕ ਕੈਬਨਿਟ ਸਬ ਕਮੇਟੀ ਦਾ ਗਠਨ ਕਰ ਦਿੱਤਾ ਅਤੇ ਸਾਰੇ ਆਫਿਸਰਸ ਨੂੰ ਵੀ ਦਿਸ਼ਾ ਨਿਰਦੇਸ਼ ਦੇ ਦਿੱਤੇ ਸੀ ਕਿ ਜਿਵੇਂ ਮਰਜ਼ੀ ਕਰੋ ਪਰ ਇਹ ਸਾਰੇ ਟੀਚਰਸ ਨੂੰ ਜਿਹੜੇ ਆ ਕੱਚੇ, ਇਹਨਾਂ ਨੂੰ ਪੱਕਾ ਕਰਨ ਦੇ ਸਾਰੇ ਰਾਹ ਪੱਧਰੇ ਕੀਤੇ ਜਾਣ। ਪੋਲਸੀਆਂ ਬਣੀਆਂ, ਬਹੁਤ ਮਿਹਨਤ ਕਰਨ ਤੋਂ ਬਾਅਦ 1.5 ਸਾਲ ਬਾਅਦ ਹੁਣ 28 ਜੁਲਾਈ ਨੂੰ ਦਿਨ ਆ ਰਿਹਾ ਅਤੇ ਇਸ ਮੇਰੇ ਲਈ ਵੀ ਬਹੁਤ ਖੁਸ਼ੀ ਵਾਲੇ ਦਿਨ ਹੈ। ਮੇਰੇ ਸਾਰੇ ਮਹਿਕਮੇ ਦੇ 12,500 ਟੀਚਰਸ ਜਿਨ੍ਹਾਂ ਨੇ ਲੰਬੀ ਮਿਹਨਤ ਕੀਤੀ ਹੈ, ਸੰਘਰਸ਼ ਕੀਤਾ ਅਤੇ ਜਿਨ੍ਹਾਂ ਦਾ ਵੱਡਾ ਯੋਗਦਾਨ ਹੈ ਪੰਜਾਬ ਦੇ ਸਕੂਲਾਂ ਨੂੰ ਦੇ ਵਿੱਚ, ਉਹਨਾਂ ਦਾ ਜੀਵਨ ਤਬਦੀਲ ਹੋਣ ਜਾ ਰਿਹਾ। ਜਿੱਥੇ ਮਾਨ ਸਾਹਿਬ ਨੇ ਕਿਹਾ ਕਿ ਉਹ ਖੁਦ ਇੱਥੇ ਕੁਛ ਟੀਚਰਸ ਨੂੰ ਵੰਡਣਗੇ, ਉੱਥੇ ਪੰਜਾਬ ਦੇ ਵਿੱਚ 12,800 ਪ੍ਰਾਇਮਰੀ ਸਕੂਲ ਹੈ ਅਤੇ ਲਗਭਗ ਹਰ ਸਕੂਲ ਦੇ ਵਿੱਚ ਕੋਈ ਨਾ ਕੋਈ ਕੱਚਾ ਅਧਿਆਪਕ ਡਿਊਟੀ ਕਰ ਰਿਹਾ, ਇੱਕ ਦੋ। ਤਾਂ ਮਾਨ ਸਾਹਿਬ ਵੱਲੋਂ ਇਹ ਦਿਸ਼ਾ ਨਿਰਦੇਸ਼ ਹੈ ਕਿ ਜਿੱਥੇ ਅਸੀਂ ਇਹਨਾਂ ਨੂੰ ਪੱਕਾ ਵੀ ਕਰ ਰਹੇ ਹਾਂ ਉੱਥੇ ਨਾਲ ਹੀ ਇਹਨਾਂ ਦਾ ਜਿਹੜਾ ਸਨਮਾਨ ਹੈ ਅਤੇ ਇਹਨਾਂ ਦੇ ਵੱਲੋਂ ਜਿਹੜਾ ਕੀਤਾ ਹੋਇਆ ਸੰਘਰਸ਼ ਹੈ ਉਸਨੂੰ ਦੇਖਦੇ ਹੋਏ ਸਾਰੇ ਸਕੂਲ ਦਾ ਸਟਾਫ, ਸਾਰੇ ਸਕੂਲ ਦੇ ਬੱਚੇ ਅਤੇ ਜਿਹੜੇ ਉੱਥੇ ਲੋਕਲ ਉਹਨਾਂ ਦੀ SMC ਆ ਜਾਂ ਸਾਡੇ MLA ਸਾਹਿਬਾਨ, ਉਹ ਜਾ ਕੇ ਇਹਨਾਂ ਨੂੰ ਸਨਮਾਨਿਤ ਕਰਨਗੇ ਅਤੇ ਰੈਗੂਲਰਾਈਜੇਸ਼ਨ ਲੈਟਰਸ ਦੇਣਗੇ ਜਿਵੇਂ ਮਾਨ ਸਾਹਿਬ ਇੱਥੋਂ ਉਹ ਵੰਡਦੇ ਨੇ। ਤਾਂ ਮੈਨੂੰ ਲੱਗਦਾ ਕਿ ਬਹੁਤ ਵੱਡਾ ਦਿਨ ਹੈ ਸਾਡੇ ਸਿੱਖਿਆ ਮਹਿਕਮੇ ਲਈ ਅਤੇ ਮੈਂ ਸਾਰੇ ਹੀ ਉਹਨਾਂ ਟੀਚਰਸ ਦਾ, 12,500 ਟੀਚਰਸ ਨੂੰ ਮੁਬਾਰਕਬਾਦ ਦਿੰਦਾ, ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਦੋਸਤਾਂ ਮਿੱਤਰਾਂ ਨੂੰ, ਉਹਨਾਂ ਦੇ ਸਕੂਲ ਦੇ ਬਾਕੀ ਸਟਾਫ ਨੂੰ। ਅਤੇ ਆਸ ਕਰਦਾ ਕਿ ਤੁਸੀਂ ਹੁਣ ਤੱਕ ਬਹੁਤ ਮਿਹਨਤ ਕੀਤੀ ਹੈ ਅਤੇ ਹੁਣ ਅੱਗੇ ਆਪਾਂ ਹੋਰ ਮਿਹਨਤ ਕਰਾਂਗੇ ਅਤੇ ਆਪਣੇ ਬੱਚਿਆਂ ਦਾ ਭਵਿੱਖ ਆਪਾਂ ਹੋਰ ਉਜਵਲ ਕਰਾਂਗੇ ਅਤੇ ਪੰਜਾਬ ਦੇ ਸਿੱਖਿਆ ਮਹਿਕਮੇ ਦੇ ਵਿੱਚ ਜਿਹੜੀ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਉਸ ਦੇ ਵਿੱਚ ਹੁਣ ਤੁਸੀਂ ਹੋਰ ਵੱਧ ਚੜ੍ਹ ਕੇ ਯੋਗਦਾਨ ਪਾਓਗੇ। ਬਹੁਤ ਬਹੁਤ ਧੰਨਵਾਦ ਜੀ।